ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ 'ਚ ਹੁਸ਼ਿਆਰਪੁਰ ਦੇ GAD ਸੀਨੀਅਰ ਸੈਕੰਡਰੀ ਸਕੂਲ ਜੱਲੋਵਾਲ ਖਨੂਰ ਦੀ ਵਿਦਿਆਰਥਣ ਇੰਦਰਪ੍ਰੀਤ ਕੌਰ ਨੇ ਵਧੀਆ ਅੰਕ ਹਾਸਲ ਕਰਕੇ ਮੈਰਿਟ 'ਚ ਆਪਣਾ ਨਾਮ ਬਣਾਇਆ ਅਤੇ ਇੰਦਰਪ੍ਰੀਤ ਕੌਰ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਪੰਜਾਬ ਭਰ 'ਚੋਂ 6ਵੇਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਭਰ 'ਚੋਂ ਦੂਜੇ ਸਥਾਨ 'ਤੇ ਰਹੀ ਹੈ। ਇੰਦਰਪ੍ਰੀਤ ਕੌਰ ਦੀ ਇਸ ਉਪਲਬਧੀ 'ਤੇ ਉਸਦੇ ਮਾਪਿਆਂ ਅਤੇ ਸਕੂਲ ਅਧਿਆਪਕਾਂ 'ਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਵਿਦਿਆਰਥਣ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਉਹ GAD ਸੀਨੀਅਰ ਸੈਕੰਡਰੀ ਸਕੂਲ ਜੱਲੋਵਾਲ ਖਨੂਰ ਤੋਂ ਸਿੱਖਿਆ ਹਾਸਲ ਕਰ ਰਹੀ ਹੈ ਅਤੇ ਹਾਲ ਹੀ 'ਚ 8ਵੀਂ ਬੋਰਡ ਦੀ ਜਮਾਤ ਦੇ ਆਏ ਨਤੀਜੇ 'ਚ ਉਸਨੇ 600 ਵਿੱਚੋਂ 594 ਅੰਕ ਹਾਸਲ ਕੀਤੇ ਨੇ ਅਤੇ ਪੰਜਾਬ 'ਚੋਂ 6ਵਾਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਦੂਜਾ ਰੈਂਕ ਹਾਸਲ ਕੀਤਾ। ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਸਭ ਕੁਝ ਸਕੂਲ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਅਤੇ ਉਹ ਭਵਿੱਖ ਵਿੱਚ ਵਕੀਲ ਬਣਨਾ ਚਾਹੁੰਦੀ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸਤਨਾਮ ਸਿੰਘ ਨੇ ਦੱਸਿਆ ਕਿ ਹਰ ਸਾਲ ਹੀ ਉਹਨਾਂ ਦੇ ਸਕੂਲ ਦੇ ਬੱਚੇ ਮੈਰਿਟ ਲਿਸਟ ਵਿੱਚ ਨਾਮ ਦਰਜ ਕਰਵਾਉਂਦੇ ਨੇ ਅਤੇ ਇੰਦਰਪ੍ਰੀਤ ਕੌਰ ਤੋਂ ਇਲਾਵਾ ਬਾਕੀ ਸਾਰੇ ਵਿਦਿਆਰਥੀ ਵੀ ਪਹਿਲੀ ਪੋਜੀਸ਼ਨ 'ਚ ਪਾਸ ਹੋਏ ਨੇ। ਉਹਨਾਂ ਕਿਹਾ ਕਿ 8ਵੀਂ ਤੋਂ ਇਲਾਵਾ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਵੀ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਅੰਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਪੰਜਾਬ ਭਰ 'ਚ ਰੋਸ਼ਨ ਕੀਤਾ ਗਿਆ ਅਤੇ ਇਹ ਸਭ ਕੁਝ ਸਕੂਲੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਕਰਵਾਈ ਜਾਂਦੀ ਸਖ਼ਤ ਮਿਹਨਤ ਸਦਕਾ ਹੀ ਸੰਭਵ ਹੁੰਦਾ। ਹੁਸ਼ਿਆਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਕਿਆ ਨਾਮ ਹੈ ਤੁਹਾਡਾ? ਇੰਦਰਪ੍ਰੀਤ ਕੌਰ। ਕਿਹੜੇ ਸਕੂਲ ਪੜ੍ਹਦੇ ਹੋ? GAD ਸੀਨੀਅਰ ਸੈਕੰਡਰੀ ਸਕੂਲ ਜੱਲੋਵਾਲ ਖਨੂਰ। ਕਿਹੜੀ ਕਲਾਸ ਹੈ ਤੁਹਾਡੀ? 9th। ਤੁਹਾਡਾ 8th ਦਾ ਰਿਜ਼ਲਟ ਰਿਲੀਜ਼ ਹੋਇਆ, ਸੋ ਕੀ ਪ੍ਰੈਜੈਂਟੇਸ਼ਨ ਰਹੀ ਹੈ? ਮੇਰੇ 594 ਮਾਰਕਸ ਆਏ ਆਊਟ ਆਫ 600। ਮੈਂ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਸੈਕਿੰਡ ਪੋਜੀਸ਼ਨ ਲਈ ਆ ਅਤੇ ਆਪਣੇ ਪੰਜਾਬ 'ਚੋਂ 6th ਰੈਂਕ 'ਤੇ ਹਾਂ ਅਤੇ ਮੇਰੀ ਮੈਰਿਟ ਆਈ ਆ। ਆਪਾਂ ਸਕੂਲ ਸਟਾਫ ਦੀ ਗੱਲ ਕਰੀਏ ਤਾਂ ਸਕੂਲ ਸਟਾਫ ਕਿੰਨਾ ਕੋਪਰੇਟਿਵ? ਬਹੁਤ ਕੋਪਰੇਟਿਵ ਆ, ਮੇਰੇ ਸਾਰੇ ਡਾਊਟਸ ਕਲੀਅਰ ਕਰਦੇ ਆ। ਜੋ ਵੀ ਮੈਨੂੰ ਡਾਊਟ ਆ ਮੈਂ ਜਿੰਨੀ ਮਰਜ਼ੀ ਵਾਰ ਪੁੱਛ ਲਵਾਂ, ਮੇਰਾ ਸਾਰਾ ਕਲੀਅਰ ਕਰਦੇ ਆ। ਆਪਾਂ ਪ੍ਰਿੰਸੀਪਲ ਸਾਹਿਬ ਦੀ ਗੱਲ ਕਰੀਏ, ਸਤਨਾਮ ਸਿੰਘ ਜੀ? ਪ੍ਰਿੰਸੀਪਲ ਸਾਹਿਬ ਵੀ ਸਾਡੇ ਬਹੁਤ ਚੰਗੇ ਆ, ਜੋ ਵੀ ਪੇਰੈਂਟਸ ਨੂੰ ਪ੍ਰੋਬਲਮ ਆ ਉਹ ਸਾਰੀਆਂ ਦੂਰ ਕਰਦੇ ਆ, ਸਾਰਿਆਂ ਨਾਲ ਕੋਪਰੇਟਿਵ ਆ। ਏਮ ਕਿਆ ਤੁਹਾਡਾ? ਮੇਰਾ ਲਾਇਰ ਬਣਨਾ ਚਾਹੁੰਦੀ ਹਾਂ ਮੈਂ, ਮੈਨੂੰ ਆਸ ਆ ਮੇਰੇ ਸਕੂਲ ਵਾਲੇ ਮੇਰੀ ਜਿਹੜੀ ਇਹ ਆ ਪੂਰੀ ਕਰੂਗੇ ਮੇਰੀ ਆਸ ਲਾਇਰ ਬਣਨ ਦੀ। ਕਿਆ ਨਾਮ ਹੈ ਤੁਹਾਡਾ? ਮੇਰਾ ਨਾਮ ਸਤਨਾਮ ਸਿੰਘ ਹੈ ਜੀ। ਮੈਂ ਇਸ ਸਕੂਲ ਦੇ ਵਿੱਚ ਐਜ਼ ਏ MD ਪ੍ਰਿੰਸੀਪਲ ਦੋਨੇ ਸਥਾਨਾਂ 'ਤੇ ਕੰਮ ਕਰਦਾ ਪਿਆ। ਸਤਨਾਮ ਜੀ, ਸਕੂਲ ਦਾ ਰਿਜ਼ਲਟ 8th ਕਲਾਸ ਦਾ ਰਿਜ਼ਲਟ ਆਊਟ ਹੋਇਆ ਤਾਂ ਇੱਕ ਗੁੜੀਆ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਰਿਜ਼ਲਟ ਦੇ ਵਿੱਚ, ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ ਜੀ ਦੇਖੋ, ਸਟਾਫ ਦੀ ਲਗਨ, ਮਿਹਨਤ, ਬੱਚੇ ਦੀ ਵਫਾਦਾਰੀ, ਜਿਹਨੇ ਲਗਨ ਨਾਲ ਮਿਹਨਤ ਕੀਤੀ ਤੋ ਇਹਦਾ ਜਿਹੜਾ ਰਿਜ਼ਲਟ ਮਿਲਿਆ। ਲਾਸਟ ਈਅਰ ਵੀ ਸਾਡਾ ਬੱਚਾ ਪੰਜਾਬ ਦੇ ਵਿੱਚੋਂ 7ਵੇਂ ਰੈਂਕ 'ਤੇ ਸੀ ਔਰ ਇਸ ਬੱਚੇ ਨੇ ਹੋਰ ਮਿਹਨਤ ਕੀਤੀ, ਇਹ 6th ਰੈਂਕ ਪ੍ਰਾਪਤ ਕੀਤਾ। ਜੇਕਰ ਆਪਾਂ ਓਵਰਆਲ ਰਿਜ਼ਲਟ ਦੀ ਗੱਲ ਕਰੀਏ 8th ਕਲਾਸ ਦੀ ਤਾਂ ਬਾਕੀ ਸਟੂਡੈਂਟਸ ਦੇ ਕੀ ਰਿਜ਼ਲਟ ਰਹੇ ਨੇ? ਹਾਂ, ਓਵਰਆਲ ਰਿਜ਼ਲਟ ਸਾਡਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਆ। ਕੁੱਲ 83 ਬੱਚੇ ਅਪੀਅਰ ਹੋਏ, ਜਿਨ੍ਹਾਂ ਦੇ ਵਿੱਚੋਂ ਨੀਅਰ ਅਬਾਊਟ 21 ਬੱਚੇ 90%+ ਮਾਰਕਸ ਅਟੈਂਡ ਕੀਤੇ। ਇੱਕ ਦੋ ਬੱਚੇ ਤਾਂ ਸਿਰਫ 1 ਨੰਬਰ 'ਤੇ ਜਾਂ 2 ਨੰਬਰ 'ਤੇ ਮੈਟ ਤੋਂ ਰਹਿ ਗਏ। ਆਪਾਂ 10th ਔਰ ਪਲੱਸ 2 ਦੀ ਗੱਲ ਕਰੀਏ ਤਾਂ ਉਹ ਰਿਜ਼ਲਟ ਕਿਵੇਂ? ਹਾਂ, 10th ਦਾ ਵੀ, 10th ਔਰ ਪਲੱਸ 2 ਦੇ ਰਿਜ਼ਲਟ ਓਵਰਆਲ ਜਿਹੜੇ ਦੀ ਬੈਸਟ, ਹਰ ਸਾਲ ਜਿਹੜੇ ਬੱਚੇ ਵਧੀਆ ਪੁਜੀਸ਼ਨਾਂ ਪ੍ਰਾਪਤ ਕਰਦੇ, ਇਸ ਵਾਰ ਵੀ 96% ਜਿਹੜੇ ਪਲੱਸ 2 ਦੇ ਸਾਇੰਸ ਗਰੁੱਪ ਦੇ ਬੱਚਿਆਂ ਨੇ ਅਚੀਵਮੈਂਟ ਲਈ ਹੈ ਸਾਡੀ। ਔਰ ਇਹ ਹਰ ਸਾਲ ਦੇ ਜਿਹੜੇ ਆ ਵਧੀਆ ਸਟਾਫ, ਲਗਨ ਔਰ ਮਿਹਨਤੀ ਸਟਾਫ ਦੇ ਸਹਿਯੋਗ ਨਾਲ ਪ੍ਰਾਪਤ ਹੁੰਦੇ। ਸਰ, ਜਿਵੇਂ ਕਿ ਤੁਸੀਂ ਦੱਸਦੇ ਹੋ ਕਿ ਹਰ ਸਾਲ ਹੀ ਜਿਹੜਾ ਰਿਜ਼ਲਟ ਹੈ ਸਕੂਲ ਦਾ ਬਹੁਤ ਵਧੀਆ ਹੁੰਦਾ, ਸੋ
ਕਿਸ ਤਰ੍ਹਾਂ ਮਿਹਨਤ ਕਰਵਾਉਂਦੇ ਹੋ ਕਿ ਸਟਾਫ ਨੂੰ ਗਾਈਡਲਾਈਨਸ? ਹਾਂ, ਇਹਦੇ ਲਈ ਅਸੀਂ ਬੱਚਿਆਂ ਨੂੰ ਖੁਦ ਟਾਈਮ ਟੇਬਲ ਜਿਹੜਾ ਬਣਾ ਕੇ ਦਿੰਦੇ ਵੀ ਇਸ ਢੰਗ ਨਾਲ ਆਪਾਂ ਪੜ੍ਹਨਾ, ਇਸ ਸਬਜੈਕਟ ਨੂੰ ਇਸ ਤਰ੍ਹਾਂ ਲੈਣਾ, ਇਸ ਸਬਜੈਕਟ ਨੂੰ ਇਸ ਤਰ੍ਹਾਂ ਲੈਣਾ, ਔਰ ਬੱਚੇ ਉਹਨੂੰ ਫੋਲੋ ਕਰਦੇ ਆ, ਜਿਸ ਕਰਕੇ ਜਿਹੜਾ ਰਿਜ਼ਲਟ ਬਹੁਤ ਬੈਸਟ ਆ ਰਿਹਾ। We at GNA University see potential in everyone and everything around us. We drive innovation and entrepreneurship. We groom competent global citizens to affect positive change around them.